पिट्ठू वगैरह करवाना है तो 40 केजी से नीचे होगा तो 1620 रेट है। घोड़े का है 1900 लागेगा। 1900 हाँ जी। ਐਂ ਲੱਗਦਾ ਜਿਵੇਂ ਸਾਰਾ ਪੰਜਾਬ ਆ ਗਿਆ ਹੋਵੇ ਇੱਥੇ। ਬਰਫ਼ ਦੇ ਉੱਤੇ ਬੜੀ ਧੁੱਪ, ਤਿੱਖੀ ਧੁੱਪ ਪੈ ਰਹੀ ਆ, ਬਹੁਤ ਸੋਹਣਾ ਨਜ਼ਾਰਾ ਜਿਹੜਾ ਹੈਗਾ। ਕੋਈ ਵੀ ਬ੍ਰੇਕ ਨਹੀਂ ਲਈ ਔਰ ਸਿੰਮੇ ਨੇ ਸੁੱਖਣਾ ਸੁੱਖੀ ਸੀ ਕਿ ਬਿਨਾਂ ਬ੍ਰੇਕ ਜਾਣਾ ਆ। ਕਿਵੇਂ ਲੱਗਦਾ? ਇੰਨਾ ਸੌਖਾ ਵੀ ਨਹੀਂ। ਹਾਂ ਜਿੰਨਾ ਸੌਖਾ ਸਮਝ। ਤੁਹਾਨੂੰ ਹੈਲੀਕਾਪਟਰ ਹੁਣੇ ਗਿਆ ਸੀ, ਉਹ ਆ ਵੀ ਗਿਆ ਵਾਪਸ, ਤਾਂ 3 ਕੁ ਮਿੰਟ ਲੱਗਦੇ ਆ। ਜੇ ਤੁਸੀਂ ਉਹ ਦੇਖੋਗੇ ਉਹ ਹੁਣ ਕਾਫੀ ਆਪਣੇ ਬੱਚੇ ਜਿਹੜੇ ਇਸ਼ਨਾਨ ਕਰਨ ਲੱਗ ਪਏ ਇੱਥੇ। ਇਹ ਕਿਉਂਕਿ ਪਾਣੀ ਬਹੁਤ ਤੇਜ਼ ਆ ਅਤੇ ਬਹੁਤ ਜ਼ਿਆਦਾ ਰਿਸਕੀ ਆ। ਤੇ ਜਿੰਨੀ ਵੀ ਸੰਗਤ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਉਹ ਕਹਿੰਦੇ ਵੀ ਸਭ ਤੋਂ ਵੱਡੀ ਗੱਲ ਇੱਥੇ ਨੈਟਵਰਕ ਨਹੀਂ ਹੈਗਾ। ਉਹ ਕਹਿੰਦੇ ਵੀ ਆਮ ਜ਼ਿੰਦਗੀ 'ਚ ਵੀ ਜੇ ਮੋਬਾਈਲ ਇੰਨੀ ਦੂਰ ਹੋ ਜੇ ਨਾ ਤਾਂ ਭਾਈਚਾਰਾ ਅਤੇ ਪਿਆਰ ਵੱਧ ਜੇ ਲੋਕਾਂ ਦਾ। ਲਓ ਜੀ, ਅਨਮੋਲ ਸਿੰਘ ਜੀ ਨੇ ਅੱਜ ਦਸਤਾਰ ਸਜਾ ਲਈ ਹੈ। ਠੀਕ ਹੈ ਨਾ ਜੀ। ਹੁਣ ਕਹਿੰਦੇ ਸੀ ਨਾ ਸੇਖੋ ਸਾਹਿਬ 7 ਵਜੇ ਤੁਰਨਾ, ਟੀਮ ਆਪਣੀ ਰੈਡੀ ਹੋ ਗਈ ਆ। ਕਿੰਨਾ ਟਾਈਮ ਹੋਇਆ ਰਾਜੇ? ਕਿੰਨਾ ਟਾਈਮ ਹੋਇਆ? 6:13 6:13 ਆ ਦੇਖੋ ਜੀ, ਟੀਮ ਰੈਡੀ ਆ। ਨੀਲਮ ਰੈਡੀ? ਨੀਲਮ ਵੀ ਰੈਡੀ ਆ। ਆ ਲਓ ਜੀ, ਸਿੰਮੇ ਰੈਡੀ? ਰੈਡੀ ਬਿਲਕੁਲ। ਕੁਛ ਤਾਂ ਸ਼ਕਨ ਸ਼ਗਾਵਨ ਨੂੰ ਹੋ ਜਾਵੇ। ਆ ਜਾ ਆ ਜਾ ਭਰਾਵਾ, ਉੱਠਿਆ। ਕਿਵੇਂ ਜੋਬਨ ਸਿੰਘ? ਰੈਡੀ? ਸਮਾਨ ਸਾਰੇ, ਖਾਣ ਪੀਣ ਦਾ ਸਮਾਨ ਸਾਰਾ ਰੱਖ ਲਿਆ ਜੀ, ਵਾਧੂ ਰੱਖ ਲਿਆ। ਆਹ ਦੇਖੋ ਜੀ, ਸਾਰੇ ਬੈਗ ਪੈਕ ਰੈਡੀ ਨੇ। ਇੱਥੋਂ ਹੁਣ ਜਿੱਦਾਂ ਆਪਾਂ ਜਾਣਾ ਗੋਬਿੰਦ ਧਾਮ, ਧਾਮ ਨੂੰ, ਇੱਥੇ ਫਾਲਤੂ ਸਮਾਨ ਇੱਥੇ ਜਮ੍ਹਾਂ ਕਰਾ ਦੇਣਾ। ਪਰ ਆ ਛੋਟਾ ਜਿਹਾ ਬੈਕ ਪੈਕ ਬਣਿਆ ਮੇਰੇ ਖਿਆਲ 30-30 ਕਿਲੋ ਦਾ, ਫਿਰ ਦੇਖਦੇ ਹਾਂ ਕਿੱਥੇ ਕਿ ਤੱਕ ਲੈ ਕੇ ਜਾਂਦੇ ਹਾਂ, ਨਹੀਂ ਤਾਂ ਖੱਚਰ ਕਰ ਲਵਾਂਗੇ ਆਪਣੇ ਲਈ ਨਹੀਂ ਭਾਰ ਦੇ ਲਈ। ਓਕੇ ਲਓ ਜੀ, ਅੱਜ ਫਿਰ ਵੀ ਬਿਲਕੁਲ ਜਿਵੇਂ ਆਪਾਂ ਸੋਚਿਆ ਸੀ ਵੀ ਆਪਾਂ 7 ਵਜੇ ਤੁਰਾਂਗੇ, 5-7 ਮਿੰਟ ਚਲੋ ਲੇਟ ਹੋ ਜਾਂਦੇ ਹਾਂ। ਅਸੀਂ ਅੱਜ ਗੋਬਿੰਦ ਘਾਟ ਤੋਂ ਜਿਹੜਾ ਸਾਡਾ ਰੂਟ ਪਲਾਨ ਬਣਿਆ ਹੋਇਆ, ਅਸੀਂ ਚੰਡੀਗੜ੍ਹ ਤੋਂ ਚੱਲੇ, ਰਿਸ਼ੀਕੇਸ਼ ਆਏ, ਫਿਰ ਗੋਬਿੰਦ ਘਾਟ ਆ ਕੇ ਰੋਕੇ, ਅਤੇ ਤੁਸੀਂ ਦੇਖ ਰਹੇ ਹੋ ਆਲੇ ਦੁਆਲੇ ਗੋਬਿੰਦ ਘਾਟ ਦੇ ਬਹੁਤ ਸਾਰੀ ਜਿਹੜੀ ਹੈਗੀ ਆ ਟ੍ਰੈਫਿਕ। ਐਂ ਲੱਗਦਾ ਜਿਵੇਂ ਸਾਰਾ ਪੰਜਾਬ ਆ ਗਿਆ ਹੋਵੇ ਇੱਥੇ। ਸਾਹਮਣੇ ਪਹਾੜ ਦੀ ਚੋਟੀ ਦੇ ਉੱਤੇ ਇੱਥੋਂ ਤੁਸੀਂ ਦੇਖੋਗੇ ਬਰਫ਼ ਦਿਖ ਰਹੀ ਆ, ਬਰਫ਼ ਦੇ ਉੱਤੇ ਬੜੀ ਧੁੱਪ, ਤਿੱਖੀ ਧੁੱਪ ਪੈ ਰਹੀ ਆ, ਬਹੁਤ ਸੋਹਣਾ ਨਜ਼ਾਰਾ ਜਿਹੜਾ ਹੈਗਾ। ਅਸਲ ਦੇ ਵਿੱਚ ਕੁਦਰਤ ਦਾ ਨਜ਼ਾਰਾ ਜਿਹੜਾ ਹੈਗਾ, ਮੈਂ ਤਾਂ ਕਹਾਂਗਾ ਇਹ ਮੰਨਣ ਵਾਸਤੇ ਇੱਥੇ ਬੰਦਿਆਂ ਨੂੰ ਆਉਣਾ ਚਾਹੀਦਾ, ਮਨੁੱਖ ਨੂੰ ਆਉਣਾ ਚਾਹੀਦਾ। ਅਤੇ ਇੱਥੋਂ ਅਸੀਂ ਜਾਵਾਂਗੇ ਗੋਬਿੰਦ ਘਾਟ ਤੋਂ ਗੋਬਿੰਦ ਧਾਮ, 5 ਕਿਲੋਮੀਟਰ ਤੱਕ ਗੱਡੀ 'ਤੇ ਜਾਵਾਂਗੇ, ਉਸ ਤੋਂ ਬਾਅਦ 8 ਕਿਲੋਮੀਟਰ ਦਾ ਜਿਹੜਾ ਪੈਦਲ ਸਫ਼ਰ ਆ ਗੋਬਿੰਦ ਧਾਮ ਤੱਕ। ਧਾਮ 'ਤੇ ਜਾ ਕੇ ਅਸੀਂ ਆਪਣੀ ਸਟੇਅ ਕਰਾਂਗੇ, ਰਾਤ ਰੋਕਾਂਗੇ, ਉਸ ਤੋਂ ਅਗਲਾ ਜਿਹੜਾ ਹੈਗਾ ਉਹ ਫਿਰ ਤੁਹਾਡੇ ਨਾਲ ਸਾਂਝਾ ਕਰਾਂਗੇ। ਟਾਈਮ 7:21 ਸਵੇਰ ਦਾ ਹੋਇਆ, ਤਾਂ ਟੀਮ ਸਾਰੀ ਰੈਡੀ ਆ। ਅਸੀਂ ਆਲਰੇਡੀ ਪਾਰਕਿੰਗ ਲਾਟ 'ਚੋਂ ਚੜ੍ਹਾਈ ਚੜ੍ਹ ਕੇ ਆਏ ਹਾਂ, ਸਾਰਾ ਰੈਡੀ ਆ ਸਮਾਨ। ਸੇਖੋ ਸਾਹਿਬ, ਨੀਲਮ ਰੈਡੀ? ਰੈਡੀ ਜੀ, ਰੈਡੀ ਜੀ, ਰੈਡੀ ਰੈਡੀ ਜੀ। ਇਹ ਟੈਕਸੀ ਇੱਥੋਂ ਲੋਕਲ ਟੈਕਸੀ ਹੈਗੀਆਂ ਨੇ, ਪ੍ਰਾਈਵੇਟ ਟੈਕਸੀ ਉੱਪਰ ਨਹੀਂ ਜਾ ਸਕਦੀ, ਅਤੇ ਇਸ ਲਈ ਸਾਨੂੰ ਇੱਥੋਂ ਸ਼ਾਇਦ 50 ਰੁਪਏ ਕਿਰਾਇਆ ਲੈਂਦੇ ਆ 5 ਕਿਲੋਮੀਟਰ ਦਾ ਉੱਪਰ ਤੱਕ ਦਾ। ਠੀਕ ਹੈ, ਫਿਰ ਸਾਡਾ ਸਾਰਾ ਪੈਦਲ ਸਫ਼ਰ ਸ਼ੁਰੂ ਹੋਣਾ। ਕਿਵੇਂ ਭਾਜੀ, ਕੀ ਸੀਨ? ਸੀਨ ਇਹ ਅੱਜ ਕਿ ਵੀ ਇਸ ਟਾਈਮ ਬਹੁਤ ਡਿਮਾਂਡ, ਬਹੁਤ ਸੰਗਤ ਦਾ ਇਕੱਠ ਵੀ ਬਹੁਤ ਹੈ ਅੱਜ। ਆਪਾਂ ਗੱਡੀਆਂ ਦੀ ਲਾਈਨ ਤੁਹਾਨੂੰ ਦੇਖ ਰਹੇ ਹੋ, ਦੇਖ ਰਹੀ ਹੋਊਗੀ ਜਾਣ ਦੀ, ਇੱਥੇ ਵੀ ਬਹੁਤ ਇਕੱਠ ਹੈ ਜਿਹਨਾਂ ਨੂੰ ਅੱਜ ਗੱਡੀ ਮਿਲ ਨਹੀਂ ਰਹੀ, ਅਤੇ ਗੱਡੀ ਹੁਣ ਮਿਲੂਗੀ ਜਦੋਂ ਉੱਧਰੋਂ ਦੀ ਵਾਪਸ ਆਊਗੀ ਜਿਹੜੀ ਉੱਪਰ ਗਈਆਂ ਹੋਈਆਂ ਆ ਰਹੀਆਂ, ਕਾਫੀ ਆ ਰਹੀਆਂ ਉਹ ਵੀ ਖੜੀਆਂ। ਹਾਂਜੀ, ਹੁਣ ਉੱਪਰ ਚੜ੍ਹਾ ਕੇ ਨਾ, ਉੱਪਰ ਚੜ੍ਹ ਜਾਓ, ਉੱਪਰ ਚੜ੍ਹ ਕੇ ਬੈਗ ਬੈਗ ਫੜਾ ਦੇ, ਜਾਓ ਅੰਦਰੇ ਅੰਦਰੇ ਰੱਖ ਲਈਏ ਬੈਗ, ਅੰਦਰੇ ਆ ਜਾਓ। ਵਾਜਾ ਵਾਜਾ ਜੋਬਨ ਮੋਹਰੇ ਵਾਜੇ, ਚਲੋ ਚਲੋ ਬਣਾ ਯਾਰ, ਵੀਡੀਓ ਬਣਾ ਵੀਡੀਓ।
ਜੋਬਨ ਜਲਦੀ ਆ ਜਾ। ਸਰ ਪਹੁੰਚ ਗਏ ਆ ਜੀ, ਅਸੀਂ ਇੱਕ ਗੱਡੀ ਦੇ ਵਿੱਚ 11 ਜਾਣੇ ਬੈਠੇ, ਅਸੀਂ ਨਿਕਲਣ ਲੱਗੇ ਆ ਗੋਬਿੰਦ ਧਾਮ ਨੂੰ। 5 ਜਾਣੇ ਪਿੱਛੇ ਬੈਠੇ, ਜਿੱਥੇ ਮਸੇ ਦਿਨ ਬੈਠੇ ਨੇ 5 ਜਾਣੇ ਪਿੱਛੇ ਬੈਠੇ ਨੇ। ਇਹ ਕੰਪਲੇਂਟ ਕਰਦੇ ਹੁੰਦੇ ਕ੍ਰਿਸ਼ਨਾ ਦੇ ਪਿੱਛੇ, ਅੱਜ ਵਿਚਰੀ ਸੀਟ ਤੇ ਬੈਣਾ ਪਿਆ। ਆਪਾਂ ਚਕਾਰਾ ਲਾ ਦਈਏ, ਬੋਲੇ ਸੋਨੇ ਸਸਤੀ ਅਕਾਲ। ਹਾਂਜੀ, ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਾਂ ਸਾਰੇ ਹੁਣ ਯਾਤਰਾ ਦੀ ਜਿਹੜਾ ਸੈਕਿੰਡ ਲਾਸਟ ਪੜਾਅ ਆ ਗੋਬਿੰਦ ਧਾਮ ਵੱਲ ਉੱਧਰ ਨੂੰ ਚੱਲ ਪਏ ਹਾਂ। ਅਤੇ 4 ਕਿਲੋਮੀਟਰ ਤੱਕ ਇੱਥੋਂ ਹੁਣ ਆਪਾਂ ਨੂੰ ਆ ਟੈਕਸੀ ਸਰਵਿਸ ਜਿਹੜੀ ਹੈਗੀ ਆ ਉਹ ਲੈ ਕੇ ਜਾਊਗੀ। ਉਸ ਤੋਂ ਬਾਅਦ ਆਪਾਂ ਫਿਰ ਪੈਦਲ 7-8 ਕਿਲੋਮੀਟਰ ਜਾਣਾ। ਅਤੇ ਸੰਗਤਾਂ ਦਾ ਇਕੱਠ ਬਹੁਤ ਜ਼ਿਆਦਾ ਜੋ ਤੁਸੀਂ ਦੇਖ ਸਕਦੇ ਹੋ। ਸੋ ਲਓ ਜੀ, ਤੁਸੀਂ ਦੇਖੋ, ਆਹ ਦੇਖੋ ਜੀ, ਪਿੱਛੇ ਆਪਣੇ ਸਾਰੇ ਇੱਥੇ ਪਹੁੰਚ ਗਏ ਆ। ਕਿਵੇਂ ਲੱਗ ਰਿਹਾ ਹੈਪੀ ਜੀ? ਫਿਰ ਵਧੀਆ ਜੀ, ਵਧੀਆ ਵਧੀਆ ਲੱਗ ਰਿਹਾ ਜੀ। ਲਓ ਜੀ, ਸੰਗਤਾਂ ਦੇ ਕੋਲੋਂ ਡੰਡੇ। ਤੀਰਥ ਜੀ ਕਿਵੇਂ ਲੱਗ ਰਿਹਾ ਜੀ? ਆਓ ਜੀ, ਤਾਂ ਕਿਵੇਂ ਲੱਗ ਰਿਹਾ? ਬਹੁਤ ਬਹੁਤ ਵਧੀਆ ਲੱਗ ਰਿਹਾ। ਆਪਾਂ ਨੂੰ ਮੇਰੇ ਖਿਆਲ 5-7 ਮਿੰਟ ਹੀ ਲੱਗੇ ਆ। ਜਿਹੜੀ ਐਲੀਵੇਸ਼ਨ ਗੇਨ ਕੀਤੀ ਆਪਾਂ 300 ਮੀਟਰ ਕੀਤੀ ਆ। ਅਸੀਂ ਪਹੁੰਚ ਗਏ ਹਾਂ, ਪਿੱਛੇ ਬੈਠੇ ਸੀ ਗੱਡੀ ਦੇ, ਬਾਲੇ ਚੱਕਰ ਜਿਹੇ ਹੁੰਦੇ ਸੀ, ਕਹਿੰਦੇ ਬੈਗਾਂ ਦਾ ਵੀ ਧਿਆਨ ਰੱਖਿਓ, ਉੱਪਰ ਰੱਖੇ ਸੀਗੇ ਅਸੀਂ, ਕਿ ਅਸੀਂ ਆਪਣਾ ਧਿਆਨ ਰੱਖ ਸਕਦੇ ਹਾਂ। ਪਰ ਇੱਥੇ ਬਹੁਤ ਸੰਗਤ ਆਈ ਆ, ਹਿੰਮਤ ਤਾਂ ਹੁੰਦੀ ਆ। ਭਾਅ ਜੀ ਸਾਨੂੰ ਰਸਤੇ 'ਚ ਹੌਸਲਾ ਦਿੰਦੇ ਰਹੇ ਕਿ ਮਹਾਰਾਜ ਦਾ ਸ਼ੁਕਰ ਆ, ਕਹਿੰਦੇ ਕਿ ਧੰਨਵਾਦ ਉਹਨਾਂ ਇੰਜੀਨੀਅਰਾਂ ਦਾ ਜਿਨ੍ਹਾਂ ਨੇ ਇੰਨੀਆਂ ਸੋਹਣੀਆਂ ਸੋਹਣੀਆਂ ਸੜਕਾਂ ਬਣਾਈਆਂ ਆ, ਜਿਨ੍ਹਾਂ ਨੇ ਸਾਨੂੰ ਇੱਥੇ ਬਹੁਤ ਹੀ ਸੌਖਿਆ ਪਹੁੰਚਾ ਦਿੱਤਾ ਆ। ਆਹ ਦੇਖ ਲਓ ਜੀ, ਆਹ ਦੇਖ ਲਓ ਹੁਣ ਕਿਹੋ ਨਾ ਕੋਈ ਆ ਬੈਗ ਜਿਹੜਾ ਇਹਨਾਂ ਨੇ ਚੱਕਿਆ ਆ, ਕਹਿੰਦੇ ਕਿ ਇਹਦੇ ਵਿੱਚ ਵੀ ਜਾਂਦੀ ਆ ਸੰਗਤ। ਇੱਕ ਲੇਡੀ ਨੇ ਛੋਟਾ ਜਿਹਾ ਜਵਾਕ ਆਪਣੇ ਨਾਲ ਬੰਨਿਆ ਸੀਗਾ, ਅਸੀਂ ਤਾਂ ਫਿਰ ਵੀ ਭਾਰ ਚੱਕ ਸਕਦੇ ਹਾਂ। ਲਓ ਜੀ, ਇੱਥੇ ਆਪਣੇ ਕੋਲ ਆਪਸ਼ਨ ਹੈਗੀ ਆ ਕਈ ਪਿੱਠੂ ਦੀ। ਇੱਥੇ ਜੇ ਤੁਸੀਂ ਆਪਣੇ ਪਿੱਠੂ ਵਗੈਰਾ ਕਰਵਾਉਣਾ ਆ ਤਾਂ ਕਿੰਨੇ ਕਿੰਨੇ ਲੱਗਦੇ ਭਾਈ ਸਾਹਿਬ ਪੈਸੇ? ਸਰ 1620 ਗਵਰਨਮੈਂਟ ਰੇਟ ਹੈ ਨਾ, ਗਵਰਨਮੈਂਟ ਦਾ ਰੇਟ 1600 ਸੀ, ਬਟ ਤੁਸੀਂ ਇੱਦਾਂ ਇੱਦਾਂ ਲੈ ਕੇ ਹੈ। 40 ਕੇਜੀ ਸੇ ਨੀਚੇ ਹੋਗਾ ਤਾਂ 1620 ਰੇਟ ਹੈ। ਓਕੇ ਓਕੇ, ਵਹਾਂ ਸੇ ਉੱਪਰ ਗਏ ਅਬ ਆਲ ਆਫ ਰੇਟ ਹੋਤਾ ਹੈ। ਓਕੇ ਓਕੇ, ਘੋੜੇ ਕਾ ਹੈ 1900 ਲਾਗੇਗਾ। ਓ 1900, ਹਾਂਜੀ। ਆ ਜਾਣੇ ਔਰ ਆਨੇ ਕਾ ਜਾਂ ਸਿਰਫ ਜਾਣੇ ਔਰ ਆਨੇ ਕਾ ਬੁਕਿੰਗ ਕਰੇਗਾ ਤਾਂ ਅਬ ਉਜਨ ਦਿੱਕੇ ਹੋਤਾ ਹੈ ਸਰ। ਠੀਕ ਹੈ ਜੀ, ਥੈਂਕ ਯੂ ਵੈਰੀ ਮਚ। ਸੋ ਆਹ ਹੈਗਾ ਰਜਿਸਟ੍ਰੇਸ਼ਨ, ਜਿੱਥੇ ਰਜਿਸਟ੍ਰੇਸ਼ਨ ਹੋਈ ਆ ਪਰ ਆਪਣੀ ਆਲਰੇਡੀ ਹੋ ਚੁੱਕੀ ਹੋ। ਸੋ ਆਪਾਂ ਨਿਕਲ ਜਾਣਾ, ਜਿਹੜਾ ਕਾਰਡ ਬਣਾਇਆ ਸੀ ਆਪਾਂ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਤੋਂ। ਬੁਲਾਈਏ ਜਕਾਰਾ, ਫਿਰ ਚਲੀਏ, ਬੁਲਾਏ ਸੋ ਨਿਹਾਲ। ਭਾਈ ਸਾਹਿਬ ਇਹ ਪਿੱਠੂ ਵਾਲੇ ਹੈ? ਨਹੀਂ, ਹਮ ਤੋ ਅਸੀਂ ਕਿਤਨੇ ਚਾਰਜਸ ਹੋਤੇ ਇਸਕੇ? 400-1500 1500 ਹੋਤੇ? 1500 ਨਾ, ਇਸਮੇ ਸਰਕਾਰੀ ਰੇਟ ਹੈ। ਇਹ ਕੈਸੇ ਉਠਾਤੇ ਹੈ ਪੀਛੇ? ਹਾਂ ਹਾਂ, ਫਿਰ ਤਬ
ਜੋਸ਼ ਜੀ ਕੁਛ ਹਸਲ ਹੈ ਓਕੇ ਠੀਕ ਹੈ ਜੀ ਬਹੁਤ 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 ਮਿਹਨਤ ਕਰਦੇ ਹੋ ਆਪ ਬਹੁਤ ਹਾਰਡ ਵਰਕ ਕਰਦੇ ਹੋ ਠੀਕ ਨਹੀਂ ਨਹੀਂ ਠੀਕ ਹੈ ਜੀ ਹਮ ਜਾਂਗੇ ਠੀਕ ਹੈ ਲਓ ਜੀ ਸੋ ਇਹ ਸੀਗੇ ਜੀ ਕਹਿੰਦੇ 40 ਕਿਲੋ ਤੱਕ 1500 ਰੁਪਈਆ ਲੈਂਦੇ ਆ ਔਰ ਥੋੜ੍ਹੇ ਚਿਰ ਪਹਿਲਾਂ ਕਹਿੰਦੇ ਸੀ 1600 ਕੁਛ ਰੁਪਏ ਮਜ਼ਾ ਆ ਗਿਆ ਆਪਾਂ ਨੂੰ ਤੁਰਿਆਂ ਨੂੰ 5 ਮਿੰਟ ਹੋਏ ਆ ਸਵਾਦ ਆ ਗਿਆ ਗੱਲ ਕੁਛ ਵੀ ਨਹੀਂ ਗੀ ਬਿਲਕੁਲ ਸਰ ਬਹੁਤ ਮਜ਼ਾ ਆਇਆ ਜੀ ਇਹ ਹੌਲੀ ਹੌਲੀ ਆਪਾਂ ਮੈਨੂੰ ਲੱਗਦਾ ਚੜ੍ਹ ਜਾਣਾ ਕੋਈ ਐਡੀ ਗੱਲ ਨਹੀਂ ਬਾਬੇ ਨੇ ਗੁਰੂ ਸਾਹਿਬ ਨੇ ਲੈ ਜਾਣਾ ਠੀਕ ਹੈ ਜੀ ਕਿੱਦਾਂ ਭਾਜੀ ਹਾਂਜੀ ਹਾਂਜੀ ਬਹੁਤ ਵਧੀਆ ਜੀ ਖਾਲੀ ਤਾਂ ਅਸੀਂ ਪਹਾੜੀਆਂ ਚੜ੍ਹ ਲਈਆਂ ਚਲੋ ਅੱਗੇ ਵੀ ਘੁੰਮੇ ਆ ਪਰ ਬੈਗ ਚੱਕ ਕੇ ਥੋੜਾ ਜਿਹਾ ਲੱਗਦਾ ਪਿਆ ਵਧੀਆ ਸਰ ਪਹਿਲੀ ਵਾਰੀ ਚੜ੍ਹਨ ਲੱਗੇ ਸੀ ਯਾਨੀ ਟ੍ਰੈਕਿੰਗ ਕਰਨ ਲੱਗੇ ਹਾਂਜੀ ਔਖਾ ਲੱਗਦਾ ਪਰ ਠੀਕ ਹੋ ਜਾਊਗਾ ਸਾਰਾ ਪਰ ਇੱਕ ਮਤਾ ਪਾ ਰਹੇ ਆ ਇੱਧਰ ਆ ਜਾਓ ਜਹਾਜ਼ ਜਾ ਰਹੇ ਹਾਂਜੀ ਸਵਾਰੀ ਲਾਉਣ ਗਿਆ ਸੀ 5 ਮਿੰਟਾਂ ਕੋਲ ਆਇਆ 3 ਮਿੰਟ ਦੀ ਆ ਜਾਓ ਮਤਾ ਇਹ ਆ ਜੇ ਤੁਸੀਂ ਸਾਰੇ ਐਗਰੀ ਕਰਦੇ ਆ ਤਾਂ ਜਕਾਰਾ ਬੁਲਾ ਕੇ ਦੱਸ ਦੇਣਾ ਆਪਾਂ ਇੱਕ ਖੱਚਰ ਕਰ ਸਕਦੇ ਜੇ ਤੇ ਆਪਣਾ ਸਮਾਨ ਲੋਡ ਕਰ ਦਈਏ ਦੱਸੋ ਜੀ ਬੁਲਾਈਏ ਜਕਾਰਾ ਬੁਲਾ ਦਿਓ ਜੀ ਬੁਲਾ ਦਿਓ ਜੀ ਐਗਰੀ ਜੀ ਐਗਰੀ ਜੀ ਬੋਲੇ ਸੋਨਿਹਾ ਸਤਿ ਸ੍ਰੀ ਅਕਾਲ ਆਓ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਅੰਬਾਲੇ ਤੋਂ ਅੰਬਾਲੇ ਤੋਂ ਆਏ ਵੈਰੀ ਗੁੱਡ ਬਹੁਤ ਵਧੀਆ ਪਹਿਲੀ ਵਾਰ ਆ ਰਹੇ ਸੀ ਤਾਂ ਅੱਗੇ ਵੀ ਆਏ ਪਹਿਲੀ ਵਾਰ ਬਹੁਤ ਵਧੀਆ ਪਰ ਔਖਾ ਨਹੀਂ ਹੈਗਾ ਹੌਲੀ ਹੌਲੀ ਤਸੱਲੀ ਨਾਲ ਤੁਰੇ ਜਾਓ ਹੈਲੀਕਾਪਟਰ ਹੁਣੇ ਗਿਆ ਸੀ ਉਹ ਆ ਵੀ ਗਿਆ ਵਾਪਸ ਤਾਂ ਇਹ 3000 ਰੁਪਈਆ ਲੈਂਦੇ ਆ ਇੱਕ ਪਾਸੇ ਦਾ ਤਾਂ 3 ਕੁ ਮਿੰਟ ਲੱਗਦੇ ਆ ਠੀਕ ਹੈ ਜੀ ਚਲੋ ਜੀ ਆਓ ਜੀ ਆਓ ਜੀ ਆਪਾਂ ਨੂੰ ਤੁਰਿਆਂ ਨੂੰ 10 ਮਿੰਟ ਹੋ ਗਏ ਆ 10 ਮਿੰਟ ਹੋ ਗਿਆ ਕਿੰਨੀ ਐਲੀਵੇਸ਼ਨ ਗੇਨ ਕੀਤੀ ਹਾਂਜੀ 2130 ਆਪਾਂ ਜਦੋਂ ਉੱਥੋਂ ਤੁਰੇ ਸੀ ਕਿੰਨਾ ਸੀਗਾ 2050 ਸੀ ਕਿੰਨੇ ਹੋ ਗਏ 80 ਮੀਟਰ ਐਲੀਵੇਸ਼ਨ ਆਪਾਂ ਗੇਨ ਕਰ ਲਈ ਆ 80 ਮੀਟਰ ਐਲੀਵੇਸ਼ਨ ਇਹ ਖੱਚਰਾਂ ਦਾ ਸਟੈਂਡ ਹੈ ਜੀ ਇਹ ਕਿੰਨੇ ਪੈਸੇ ਲੱਗਦੇ ਜੀ ਇੱਥੇ ਉਹ ਸਾਹਮਣੇ ਆਫਿਸ ਉੱਪਰ ਓਕੇ ਲਓ ਜੀ ਲਓ ਓਕੇ ਆਪਾਂ ਇੱਦਾਂ ਕਰਦੇ ਹਾਂ ਇੱਕ ਬੰਦਾ ਜਿਹੜਾ ਵੀ ਹੋਇਆ ਇਹਨਾਂ ਦੇ ਨਾਲ ਜੇ ਕੋਈ ਘੋੜੇ 'ਤੇ ਜਾਣਾ ਚਾਹੁੰਦਾ ਆਪਾਂ ਲੈ ਕੇ ਜਾ ਸਕਦੇ ਕੌਣ ਜਾਣਾ ਚਾਹੁੰਦਾ ਅਨਮੋਲ ਨੂੰ ਭੇਜ ਦਿੰਦੇ ਹਾਂ ਠੀਕ ਹੈ ਜੀ ਸੋ 2 ਘੋੜੇ ਇਹ ਆਦਮੀ ਵੀ ਇੱਕ ਸਾਥ ਜਾਏਗਾ ਇੱਕ ਘੋੜਾ ਆਪਾਂ ਰੱਖ ਲਿਆ ਸਮਾਨ ਦੇ ਲਈ ਤਾਂ ਇੱਕ ਘੋੜਾ ਆਪਾਂ ਲੈ ਲਿਆ ਅਨਮੋਲ ਤਾਂ ਪਲੱਸ ਸਮਾਨ ਦੇ ਲਈ ਠੀਕ ਹੈ ਜੀ ਚਲੋ ਜੀ ਲਿਆਓ ਜੀ ਆਪਣੇ ਆਪਣੇ ਬੈਗ ਲਿਆ ਸਾਰੇ 2 ਹੋ ਗਏ ਘੋੜੇ ਸਮਾਨ ਲਿਆ ਜਿਹੜਾ 1900 ਰੁਪਏ ਦਾ ਇੱਕ 1900 ਗੁਣਾ 2 ਪਾਸੇ ਹੁਣ ਆਇਆ ਫਿਰ ਮੇਰਾ ਭਰਾ ਟਾਈਮ ਸਿਰ ਜਾਊਗਾ ਇਹਨਾਂ ਨੂੰ ਮੈਂ ਪ੍ਰੋਮਿਸ ਕੀਤਾ ਸੀ ਕਿ ਉਹਨੂੰ ਹੈਲੀਕਾਪਟਰ 'ਤੇ ਲੈ ਕੇ ਜਾਊਗਾ ਹੁਣ ਹੈਲੀਕਾਪਟਰ ਨਹੀਂ ਹੈਗਾ ਤਾਂ ਜਿਲੋ ਪਰ ਇਹ ਜਾਣਾ ਨਹੀਂ ਸੀ ਚਾਹੁੰਦੇ ਇਹਨਾਂ ਨੂੰ ਧੱਕੇ ਨਾਲ ਘੋੜੇ 'ਤੇ ਭੇਜ ਰਹੇ ਹਾਂ ਉਹਦਾ ਰੀਜ਼ਨ ਇਹ ਆ ਫਿਰ ਸਮਾਨ ਦੇ ਲਈ ਕੋਈ ਬੰਦਾ ਉੱਥੇ ਚਾਹੀਦਾ ਆਪਾਂ ਠੀਕ ਹੈ ਜੀ ਇਹ ਜ਼ਿੰਮੇਵਾਰੀ ਵਾਲੀ ਨਾ ਆਹ ਰੇਡੀਓ ਸਾਡੇ ਕੋਲ ਹੈਗਾ 2 ਰਸਤਾ ਹੈ ਪੇ 2 ਰਸਤਾ ਹੈ ਠੀਕ ਆ ਤੋਂ ਯਹਾਂ ਸੇ ਜਾ ਕੇ ਦਾਏ ਹੱਥ ਤੋਂ ਨਿਕਲਣਾ ਬਾਏ ਹੱਥ ਕੋ ਨਹੀਂ ਦਾਏ ਹੱਥ ਕੋ ਵਹਾਂ ਪੇ ਮਿਲेंगे ਦਾਏ ਕੀ ਹੁੰਦਾ ਰਾਈਟ ਕੋ ਜਾਣਾ ਰਾਈਟ ਕੋ ਜਾਣਾ ਰਾਈਟ ਕੋ ਜਾਣਾ ਹੈ 2 ਰਸਤੇ ਮਿਲेंगे ਆਗੇ ਜਾ ਕੇ ਆਗੇ ਜਾ ਕੇ ਦੋ ਰਸਤੇ ਉਹ ਸਾਈਨ ਨਹੀਂ ਹੈ ਹੈ ਦੋਨੋਂ ਰਸਤੇ ਉੱਪਰ ਕੇ ਹੈ ਦੋਨੋਂ ਰਸਤੇ ਉੱਪਰ ਸੇ ਹੈ ਨਾ ਨੀਚੇ ਸੇ ਜਾਏਂਗੇ ਆਪ ਤੋਂ ਨੀਚੇ ਸੇ ਭਾਈ ਵੀ ਮਿਲ ਜਾਏਂਗੇ ਓਕੇ ਓਕੇ ਸੋ ਹਮੇ ਰਾਈਟ ਰਾਈਟ ਈਜ਼ੀ ਹੈ ਜਾਂ ਲੈਫਟ ਈਜ਼ੀ ਹੈ ਰਾਈਟ ਰਾਈਟ ਈਜ਼ੀ ਹੈ
ਓਕੇ ਠੀਕ ਹੈ ਜੀ, ਓਕੇ ਜੀ, ਚਲੀਏ ਜੀ, ਆਓ ਜੀ। ਸਿੰਮੇ ਕਿੰਨੀ ਐਲੀਵੇਸ਼ਨ ਗੇਨ ਹੋਈ? 20-25 ਮਿੰਟ ਹੋ ਗਏ ਤੁਰਿਆਂ ਨੂੰ। 2230। ਚਲੋ ਜੀ ਸ਼ਾਬਾਸ਼, ਆਪਾਂ ਆਲਮੋਸਟ 200 ਮੀਟਰ ਉੱਪਰ ਆ ਗਏ। ਹਾਂ, 10 ਮਿੰਟ ਦੇ ਵਿੱਚ 100 ਕੁ ਮੀਟਰ ਐਲੀਵੇਸ਼ਨ ਗੇਨ ਕਰਦੇ, ਬਹੁਤ ਹੀ ਜ਼ਿਆਦਾ ਵਧੀਆ। ਪਰਮ ਕੀ ਹਾਲ ਹੈ, ਠੀਕ ਹੋ? ਜਿੱਥੇ ਰੁਕਣਾ ਹੋਇਆ ਦੱਸ ਦਿਓ, ਪਰ ਫਿਲਹਾਲ ਆਪਾਂ ਕੋਈ ਸਟੋਪ ਨਹੀਂ ਲਾਇਆ, ਬਹੁਤ ਵਧੀਆ ਪੇਸ ਨਾਲ ਜਾ ਰਹੇ ਹਾਂ। ਨੀਰਨ ਕਿੱਦਾਂ, ਕਿਵੇਂ ਚੱਲ ਰਿਹਾ? ਨੀਰਨ ਮੈਨੂੰ ਰੁਕੀ ਨਾ, ਇਹ ਸਿੰਮੇ ਰੁਕੀ, ਆਪਾਂ ਮੋਹਰੇ ਆਉਣਾ ਸਭ ਤੋਂ ਆਪਣੇ ਗਰੁੱਪ 'ਚੋਂ। ਹਾਂ ਜੀ, ਸਿੱਖ ਸਾਹਿਬ ਕਿੱਦਾਂ? ਲਓ ਜੀ, ਕਿਵੇਂ ਲੱਗਦਾ? ਘੋੜੇ ਤੇ ਹੁਣ ਫੜਾ ਦਿਆਂਗੇ ਇੱਥੇ, ਠੀਕ ਹੈ ਜੀ, ਇੱਧਰ ਹੀ ਆਉਣਾ, ਬਿਲਕੁਲ ਸਹੀ। ਨੀਲਮ ਘੋੜਾ ਲਵੇਗੀ? ਨਹੀਂ ਜੀ, ਨਹੀਂ ਨਹੀਂ, ਇਹ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਨੀਲਮ ਤਾਂ ਲੋਹੇ ਦੀ ਆ, ਆਹ ਸਟੀਲ ਦੀ ਆ ਕੁੜੀ ਸਾਡੀ, ਦੱਸੋ। ਹਾਂ, ਪਰ ਹੁਣ ਵੀ ਆਪਾਂ 30-30 ਸੈਕਿੰਡ ਤੋਂ ਜ਼ਿਆਦਾ ਨਹੀਂ ਬਹਿਣਾ, ਹੋਠ ਖੜੋ। ਇਹ ਸਾਡੇ ਸਭ ਤੋਂ ਮੋਹਰੇ ਜਿਹੜੇ ਹੈਗੇ ਆ ਟੀਮ ਮੈਂਬਰਸ, ਸਭ ਤੋਂ ਮੋਹਰਲੇ ਟੀਮ ਮੈਂਬਰਸ ਨੀਲਮ ਐਂਡ ਸਿੰਮਾ। ਔਰ ਖੁਸ਼ੀ ਵਾਲੀ ਗੱਲ ਹੈ, 45 ਮਿੰਟ ਹੋ ਗਏ, ਇੱਕ ਵੀ ਬ੍ਰੇਕ ਨਹੀਂ ਲਈ, ਠੀਕ ਹੈ ਜੀ। ਜਿਹੜੇ 10-10 ਸੈਕਿੰਡ ਤੋਂ 15-15 ਸੈਕਿੰਡ ਤੋਂ ਇਲਾਵਾ ਕੋਈ ਵੀ ਬ੍ਰੇਕ ਨਹੀਂ ਲਈ, ਔਰ ਸਿੰਮੇ ਨੇ ਸੁੱਖਣਾ ਸੁੱਖੀ ਸੀ ਵੀ ਬਿਨਾਂ ਬ੍ਰੇਕ ਜਾਣਾ ਆ। ਜਿਹੜਾ ਸਭ ਤੋਂ ਇੰਪੋਰਟੈਂਟ ਹੈ ਜੀ, 45 ਮਿੰਟਾਂ ਤੋਂ ਬਾਅਦ ਫਿਰ ਅਤਰਾਈ ਸ਼ੁਰੂ ਹੋ ਗਈ ਆ। ਸੋ ਇਹ ਜਿਹੜੀ ਅਤਰਾਈ ਦੀ ਗੱਲ ਕਰਦੇ ਹਾਂ ਤਾਂ ਮੁੜ ਕੇ ਫਿਰ ਮਤਲਬ ਇਹੀ ਆ, ਮੁੜ ਕੇ ਆਉਂਦੇ ਹੋਏ ਫਿਰ ਚੜ੍ਹਨੀ ਪੈਣੀ ਆ। ਸੋ 45 ਮਿੰਟਸ ਤੋਂ ਬਾਅਦ 300 ਮੀਟਰ ਐਲੀਵੇਸ਼ਨ ਤੋਂ ਬਾਅਦ ਤਾਂ ਹੁਣ ਆਪਾਂ ਨੇ ਲਓ ਜੀ, ਹੁਣ ਪਿੱਛੇ ਅਤਰਾਈ ਸ਼ੁਰੂ ਹੋ ਗਈ ਆ, ਥੋੜ੍ਹੇ ਜਿਹੇ ਹੁਣ ਡਿਫਰੈਂਟ ਮਸਲ ਜਿਹੜੇ ਆ ਉਹ ਯੂਜ਼ ਹੋਣੇ ਸ਼ੁਰੂ ਹੋ ਗਏ ਆ। ਕਿਵੇਂ ਲੱਗਦਾ? ਵਧੀਆ ਜੀ, ਨਾਲ ਨਾਲ ਰਿਪੋਰਟਿੰਗ ਕਰ ਰਹੇ ਹਾਂ, ਕਰ ਰਹੇ ਹਾਂ, ਜਿਹੜੀਆਂ ਸੰਗਤਾਂ ਦਰਸ਼ਨਾਂ ਦੇ ਲਈ ਜਾ ਰਹੀਆਂ ਨੇ ਉਹਨਾਂ ਨਾਲ ਗੱਲਬਾਤ ਕੀਤੀ, ਬਹੁਤ ਸਾਰੇ ਬਜ਼ੁਰਗ ਬੱਚਿਆਂ ਨੂੰ ਗੋਦੀ ਚੁੱਕ ਕੇ ਵੀ ਜਾ ਰਹੇ ਆ। ਵੈਰੀ ਗੁੱਡ, ਠੀਕ ਆ, ਕੀ ਬਾਤ ਹੈ ਜੀ। ਆਹ ਦੇਖੋ, ਆਹ ਦੇਖੋ ਜੀ, ਹੁਣ ਇੱਥੇ ਫਿਰ ਦੱਸ ਦਈਏ, ਆਹ ਦੇਖੋ 45 ਮਿੰਟ ਤੋਂ ਬਾਅਦ ਜਿਹੜੀ ਆਪਾਂ ਪੀਕ ਚੜ੍ਹੇ ਸੀ 300 ਮੀਟਰ ਦੀ, ਉਹ ਮੇਰੇ ਖਿਆਲ ਥੱਲੇ ਉਤਰ ਰਹੇ ਨੇ। ਹਰੇਕ 10-10 ਮਿੰਟ ਬਾਅਦ ਹੈਲੀਕਾਪਟਰ ਆ ਰਿਹਾ, ਜਿਹੜਾ ਹੈਲੀਕਾਪਟਰ ਆ ਉਹ ਜਿਹੜੇ ਬੰਦੇ ਹੈਲੀਕਾਪਟਰ 'ਚ ਜਾਂਦੇ ਨੇ। ਇਹ ਆ ਗਏ ਜੀ 45 ਕੁ ਮਿੰਟ ਬਾਅਦ, ਥੋੜ੍ਹੀ ਜਿਹੀ ਉਤਰਾਈ ਉਤਰਨ ਤੋਂ ਬਾਅਦ ਪਹਿਲਾ ਬਾਜ਼ਾਰ ਆਉਂਦਾ ਹਾਂ, ਜਿੱਥੋਂ ਤੁਹਾਨੂੰ ਚਾਹ ਪਾਣੀ ਸਾਰਾ ਕੁਛ ਆ ਗਿਆ ਜੀ। ਆ ਗਿਆ, ਆਹ ਲਓ ਜੀ, ਆਹ ਲਓ ਜੀ, ਪਹਿਲਾ ਸਟਾਪ ਆਇਆ। ਇਹ ਮੈਨੂੰ ਲੱਗਦਾ ਕਿੰਨੇ ਆਪਾਂ 1.5 ਕਿਲੋਮੀਟਰ ਆ ਗਏ ਹੋਵੋਗੇ। ਪੂਰੀ ਮਾਰਕੀਟ ਦੇਖੋ ਜੀ, ਪੂਰੀ ਮਾਰਕੀਟ ਆਈ ਆ 45-50 ਮਿੰਟ ਤੋਂ ਬਾਅਦ ਚੱਲਦੇ ਰਹਿੰਦੇ, ਨਹੀਂ ਨਹੀਂ ਰੈਸਟ ਨਹੀਂ ਕਰਨੀ। ਸੋ ਫਾਰ ਕੋਈ ਬ੍ਰੇਕ ਨਹੀਂ ਲਈ, ਕੁਛ ਔਖਾ ਨਹੀਂ ਲੱਗਾ। ਆਹ ਵਾਸ਼ਰੂਮ ਵੀ ਹੈਗੇ ਆ ਗਿਆ, ਅਨਮੋਲ ਆ ਗਿਆ, ਚਲੋ ਜੀ ਅਨਮੋਲ। ਆਹ ਦੇਖੋ
ਹੋਰ ਕੈਸਾ ਕੈਸਾ ਚੱਲ ਰਿਹਾ? ਵਧੀਆ ਜੀ ਵਧੀਆ ਜੀ, ਆ ਜਾਓ ਜੀ ਆ ਜਾਓ। ਲਓ ਜੀ, ਇੱਕ ਘੰਟਾ ਹੋ ਗਿਆ ਤੁਰਿਆਂ ਨੂੰ, ਹੁਣ 45 ਕੁ ਮਿੰਟ ਬਾਅਦ ਥੋੜ੍ਹੀ ਥੋੜ੍ਹੀ ਜਿਹੀ ਤਰਾਈ ਆਉਣੀ ਸ਼ੁਰੂ ਹੋਈ ਆ। ਸਾਰਾ ਕੁਛ ਬਹੁਤ ਜ਼ਿਆਦਾ ਵਧੀਆ, ਪਰ ਇਹ ਇੱਕ ਚੀਜ਼ ਦੀ ਕਮੀ ਲੱਗੀ, ਅਸੀਂ ਉਹ ਮੈਨੇਜਮੈਂਟ ਦੇ ਧਿਆਨ 'ਚ ਵੀ ਲਿਆਵਾਂਗੇ ਵੀ ਵਾਸ਼ਰੂਮ 2 ਕਿਲੋਮੀਟਰ ਦੇ ਵਿੱਚ ਉਹਦਾ ਵਾਸ਼ਰੂਮ ਸੀਗਾ, ਉਹ ਇੱਕੋ ਹੀ ਸੀਗਾ, ਬਟ ਬਹੁਤ ਮਾੜਾ ਸੀ, ਲਾਈਨ ਅਪ ਲੱਗੀ ਹੋਈ ਸੀਗੀ, ਇੱਕੋ ਬੰਦੇ ਲਈ, 2 ਸੀਗੇ ਬਟ ਇੱਕ ਖਰਾਬ ਸੀਗਾ। ਸੋ ਫਿਰ ਆ ਗਈ, ਪੂਰੇ 1 ਘੰਟੇ ਦੇ ਬਾਅਦ ਹਾਈਕ ਕਰਕੇ ਆਪਾਂ ਪਹੁੰਚ ਗਏ ਆਹ ਦੁਕਾਨ 'ਤੇ। ਇਹ ਕਹਿੰਦੇ 2 ਕੁ ਕਿਲੋਮੀਟਰ ਹੋ ਗਿਆ, ਬਾਕੀ ਮੇਰੇ ਖਿਆਲ 6-7 ਜਿਹੜਾ ਰਹਿ ਗਿਆ। 1 ਘੰਟਾ 20 ਮਿੰਟ ਹੋ ਗਿਆ ਤੁਰਿਆਂ ਨੂੰ, ਬਸ ਇੱਥੇ ਮੈਂਟਕ ਦੀ ਬ੍ਰੇਕ ਲਈ ਆ, ਹੁਣ ਹੋਰ ਬਹੁਤ ਜ਼ਿਆਦਾ ਬਿਊਟੀਫੁੱਲ ਆਉਣ ਲੱਗ ਪਿਆ, ਤੁਸੀਂ ਦੇਖੋ ਘੋੜਿਆਂ ਦੇ ਨਾਲ 2.5-3 ਕਿਲੋਮੀਟਰ ਦਾ ਜ਼ੋਰ ਲਾਇਆ, ਬਟ ਫਿਰ ਨਹੀਂ ਇਹ ਰਲ ਸਕੇ ਕਿਉਂਕਿ ਬਹੁਤ ਜ਼ਿਆਦਾ ਹੈਗੇ। ਆਹ ਦੇਖੋ ਜੀ ਅਸਲੀ ਜ਼ੋਰ, ਪਸੀਨਾ ਚੋਂਦਾ ਦੇ ਆ ਲਓ ਜੀ, ਆ ਹੈ ਜੀ ਅਸਲੀ ਹੜਵਾ। ਹਾਂਜੀ ਹਾਂਜੀ ਵੀਰ ਜੀ, ਲਓ ਜੀ ਲਓ ਜੀ, ਲੋਕ ਪਛਾਣ ਲੈਂਦੇ ਪ੍ਰਾਈਮ ਏਸ਼ੀਆ। ਕਿਵੇਂ ਲੱਗਦਾ? ਵਧੀਆ ਜੀ। ਆਹ ਦੇਖੋ ਰਾਜੇ ਦੀ ਕਿਚਨ, ਖਾਣ ਦਾ ਸਮਾਨ ਸਾਰਾ ਹੀ ਹੈਗਾ। ਕੀ ਖਾਧਾ ਜਾਵੇ? ਮਿੱਠਾ ਕੀ ਆ? ਕੈਂਡੀਆਂ ਕੁੰਡੀਆਂ ਹੈਗੀਆਂ ਹੈ ਕਿਹੜੀ ਦਿਓ ਜੀ ਜ਼ਰਾ? ਆਹ ਲਓ ਜੀ। ਸੋ ਹੁਣ ਆਪਾਂ ਪਹਿਲੀ ਬ੍ਰੇਕ ਲਈ ਆ ਕੇ 1.5 ਘੰਟੇ ਬਾਅਦ, 1 ਘੰਟਾ 20-25 ਮਿੰਟ ਬਾਅਦ, ਉਹ ਵੀ 1-2 ਮਿੰਟ ਦੀ ਲੈਣੀ ਆ। ਮੈਡੀਕਲ ਕੈਂਪ ਉੱਪਰਲੇ ਰਸਤੇ ਕੋਲ ਪੁਲ ਹੈ, ਅੱਗੇ ਪੱਥਰ ਗਿਰਨੇ ਕਾ ਵਹਿ ਹੈ। ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਹੈ? ਠੀਕ ਹਾਂ ਤੁਸੀਂ? ਪਹੁੰਚ ਗਿਆ ਜੀ? ਸਾਰੀ ਸੰਗਤ ਨੂੰ ਮੇਰੇ ਵੱਲੋਂ ਕਿਵੇਂ ਕਿਵੇਂ ਲੱਗ ਰਿਹਾ ਜੀ ਤੁਹਾਨੂੰ? ਬਹੁਤ ਵਧੀਆ ਲੱਗ ਰਹੀ ਹੈ ਅੱਜ। ਅੱਛਾ ਜੀ, ਪਹਿਲੀ ਵਾਰ ਆਏ ਜੀ? ਪਹਿਲੀ ਵਾਰ ਯਾਤਰਾ ਕੀਤੀ ਹੈ। ਹਾਂਜੀ। ਅੱਛਾ ਜੀ, ਕਿਹੜਾ ਪਿੰਡ ਆਪਣਾ? ਆਪਣਾ ਸੰਗਰੂਰ ਜੀ। ਸੰਗਰੂਰ ਤੋਂ? ਠੀਕ ਹੈ ਜੀ, ਮੈਂ ਪਹਿਲਾਂ ਵੀ ਦੇਖੇ ਬੰਦੇ ਕਾਫੀ ਸੰਗਰੂਰ ਤੋਂ ਸੀਗੇ। ਬਹੁਤ ਵਧੀਆ। ਕਿਵੇਂ ਲੱਗ ਰਿਹਾ ਜੀ? ਬਹੁਤ ਵਧੀਆ ਲੱਗ ਰਿਹਾ ਜੀ। ਆਪਾਂ ਇਕੱਠੇ ਆਏ ਸੀ ਉੱਥੋਂ? ਹਾਂਜੀ ਹਾਂਜੀ, ਮੈਂ ਦਿੱਲੀਓਂ ਆਇਆ। ਕਿਵੇਂ ਲੱਗਦਾ? ਵਧੀਆ ਲੱਗ ਰਿਹਾ। ਠੀਕ ਹੈ, ਤੁਸੀਂ ਸਮਾਨ ਵੀ ਕਾਫੀ ਚੱਕਿਆ ਮੇਰੇ ਖਿਆਲ? ਨਾ ਨਾ, ਪਿੱਛੇ ਭਾਗ ਬੈਗ ਹੈ ਛੋਟਾ ਜਿਹਾ। ਠੀਕ ਠੀਕ ਹੈ ਜੀ, ਮੈਂ ਤਾਂ 2-3 ਟ੍ਰਿਪ ਕਰਕੇ ਆਇਆ, ਕੇਦਾਰਨਾਥ, ਬਦਰੀਨਾਥ ਕਰਕੇ ਇੱਧਰ ਆਇਆ। ਅੱਛਾ ਜੀ, ਉਹ ਉੱਥੇ ਵੀ ਹਾਈਕ ਹੁੰਦੀ ਹੈ? ਹਾਂਜੀ ਹੁੰਦੀ ਹੈ, ਇਸ ਤਰ੍ਹਾਂ ਹੀ ਹੁੰਦੀ ਹੈ, ਇਸ ਤੋਂ ਜ਼ਿਆਦਾ ਹੁੰਦੀ ਹੈ। ਓਕੇ ਠੀਕ ਹੈ ਜੀ, ਦੈਟ ਇਜ਼ 24 ਕਿਲੋਮੀਟਰਸ। ਓਕੇ, ਇਸ 19 ਕਿਲੋਮੀਟਰਸ। ਓਕੇ ਪਰਫੈਕਟ, ਚਲੋ ਚਲੀਏ ਜੀ। ਹਾਂਜੀ ਹਾਂਜੀ, ਚਲੋ ਜੀ, ਚਲੋ ਆਓ ਜੀ ਆਓ ਜੀ। ਫ੍ਰੀ ਮੈਡੀਕਲ ਕੈਂਪ ਲਾਇਆ ਜੀ, ਸ਼੍ਰੀ ਹੇਮਕੋਟ ਸਾਹਿਬ ਸੇਵਾ ਸਿਮਰਨ ਸੁਸਾਇਟੀ ਪੰਜਾਬ। ਆਹ ਲਓ ਜੀ, ਫ੍ਰੀ ਫਸਟ ਏਡ ਮੈਡੀਕਲ ਕੈਂਪ। ਹੁਣ ਇੱਥੇ ਜਿੱਥੇ ਤਾਂ ਛਾਂ ਜਿਹੀ ਆਉਂਦੀ ਆ, ਉਹ ਬਹੁਤ ਬਹੁਤ ਵਧੀਆ, ਉੱਥੇ ਤੁਰਨਾ ਵੀ ਸੌਖਾ ਆ, ਪਰ ਜਿੱਥੇ ਧੁੱਪ ਜਿਹੀ ਆ ਉੱਥੇ ਗਰਮੀ ਕਾਫੀ ਹੋਈ ਆ। ਲੱਗਦਾ ਵੀ 3-4 ਕਿਲੋਮੀਟਰ ਆ ਗਏ ਹਾਂ, ਅੱਧਕ ਦੇ ਆਸ ਪਾਸ ਹੋਵਾਂਗੇ। ਸਾਨੂੰ ਤੁਰਿਆਂ ਨੂੰ 2 ਘੰਟੇ ਹੋਏ ਨੇ, ਬੜੇ ਮਤਲਬ ਸਲੋ ਪੇਸ ਨਾਲ ਹੀ ਜਾ ਰਹੇ ਹਾਂ ਸਾਰੇ ਟੀਮ ਮੈਂਬਰਸ ਹੌਲੀ ਹੌਲੀ। ਤਾਂ ਸਮਾਨ ਅਸੀਂ ਘੋੜਿਆਂ 'ਤੇ ਭੇਜ ਦਿੱਤਾ ਸੀ। ਇੱਕ ਚੀਜ਼ ਦਾ ਖਿਆਲ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਆ, ਵੀ ਸਮਾਨ ਚੱਕ ਕੇ ਜਿਹੜਾ ਬੈਕਪੈਕ 'ਚ ਸਮਾਨ ਲੈ ਕੇ, ਕਿਉਂਕਿ ਜਾਣਾ ਪੈਂਦਾ ਆਪਾਂ ਨੂੰ 2 ਰਾਤਾਂ ਗਾਹਾਂ ਗੋਬਿੰਦ ਧਾਮ ਗੁਰਦੁਆਰਾ ਸਾਹਿਬ ਰਹਿਣੀਆਂ ਹੁੰਦੀਆਂ। ਸੋ ਪਰ ਘੱਟ ਤੋਂ ਘੱਟ ਸਮਾਨ ਲੈ ਕੇ ਜਾਓ। ਸਾਡੇ ਕੋਲ ਸਮਾਨ ਬਹੁਤ ਜ਼ਿਆਦਾ ਸੀ, ਅਸੀਂ ਇੱਕ ਘੋੜਾ ਕਰ ਲਿਆ ਸੀ ਘੋੜੇ ਦੇ ਸਮਾਨ ਦੇ ਲਈ, ਪਰ ਫਿਰ ਘੋੜੇ ਵਾਲੇ ਦੇ ਨਾਲ ਉਸ ਪੇਸ 'ਤੇ ਵੀ ਜਾਣਾ ਪੈਣਾ ਸੀ, ਇੱਕ ਬੰਦਾ ਸੀ ਅਨਮੋਲ ਨੂੰ ਭੇਜ ਦਿੱਤਾ ਸੀ, ਅਤੇ 2 ਘੋੜੇ ਕਰ ਲਏ ਸੀ ਜਿਹੜੇ 1900 ਰੁਪਏ ਦੇ ਵਿੱਚ ਹੋਏ ਨੇ। ਆਹ ਜਿਹੜੇ ਲਓ
ਲਓ ਜੀ, ਇਸ ਜਗ੍ਹਾ 'ਤੇ 2 ਘੰਟੇ ਬਾਅਦ ਨਾ ਰਸਤਾ ਜਾਂਦਾ ਇੱਕ ਰਾਈਟ ਨੂੰ ਇੱਕ ਲੈਫਟ ਨੂੰ। ਜੇ ਤੁਸੀਂ ਫੋਟੋ ਵਗੈਰਾ ਖਿੱਚਣੀ ਹੈ ਤਾਂ ਸਾਰੇ ਰਿਕਮੈਂਡ ਕਰਦੇ ਵੀ ਰਾਈਟ ਵਾਲਾ ਰਸਤਾ ਲੈ ਲਓ। ਸੋ ਲੈਫਟ ਵਾਲਾ ਸ਼ਾਇਦ ਨਵਾਂ ਬਣਿਆ ਪਰ ਸਾਰੇ ਰਾਈਟ ਨੂੰ ਇਸ ਕਰਕੇ ਜਾਂਦੇ ਆ ਅਤੇ ਬ੍ਰਿਜ ਔਰ ਫੋਟੋ ਖਿੱਚਣ ਲਈ ਇਹ ਜ਼ਿਆਦਾ ਵਧੀਆ ਹੈ ਕਹਿੰਦੇ। ਸੋ ਅਸੀਂ ਵੀ ਇਹੀ ਰਸਤਾ ਲੈ ਕੇ ਜਾ ਰਹੇ ਹਾਂ। ਲਓ ਜੀ, ਸੱਜੇ ਪਾਸੇ ਨੂੰ ਹੋ ਗਏ ਹਾਂ। ਉਹ ਦੇਖੋ ਜੀ ਕਿੰਨੀ ਸੋਹਣੀ ਸੀਨਰੀ ਵਧੀਆ ਆਉਣ ਲੱਗ ਪਏ। ਵਾਹ ਦੇਖੋ ਜੀ, ਹੁਣ ਆ ਕੇ ਇੱਥੇ ਆ ਕੇ ਨਾ ਜਿੱਦਾਂ ਹਵਾ ਠੰਡੀ ਜਿਹੀ ਕਾਫੀ ਹੋ ਗਈ ਆ। ਸੋ ਇੱਥੇ ਆ ਕੇ ਇੱਕ ਚੀਜ਼ ਦਾ ਬੜਾ ਫਾਇਦਾ, ਥਕਾਵਟ ਜਿਹੀ ਮਹਿਸੂਸ ਨਹੀਂ ਹੁੰਦੀ। ਜੇ ਤੁਸੀਂ ਬਹਿੰਦੇ ਨਹੀਂ ਵਾਲਾ ਤਾਂ ਥਕਾਵਟ ਮਹਿਸੂਸ ਨਹੀਂ ਹੁੰਦੀ। ਸਾਡੇ ਮੂਹਰੇ ਹੈਗੇ ਆ ਅਨਮੋਲ ਭਾਅ ਜੀ ਘੋੜੇ 'ਤੇ, ਉਹਨਾਂ ਨੂੰ ਪੁੱਛਦੇ ਹਾਂ ਵੀ ਕਿਹੋ ਜਿਹੀ ਸੀਨਰੀ ਆ। ਅਨਮੋਲ ਭਾਅ ਜੀ, ਤੁਹਾਡੀ ਆਵਾਜ਼ ਰਿਕਾਰਡ ਕਰ ਰਹੇ ਹਾਂ, ਦੱਸਿਓ ਕਿੱਦਾਂ ਤੁਸੀਂ ਮੇਰੇ ਖਿਆਲ ਸਾਡੇ ਤੋਂ 1 ਕਿਲੋਮੀਟਰ ਅੱਗੇ ਹਾਂ, ਕੀ ਸੀਨ ਆ? ਅਸੀਂ ਰਾਈਟ ਨੂੰ ਹੋ ਗਏ ਇੱਥੇ ਜਦੋਂ ਤੁਸੀਂ ਕਿਹਾ ਸੀ ਕਿ 2 ਰਸਤੇ ਸੀ, ਇੱਕ ਖੱਬੇ ਇੱਕ ਸੱਜੇ, ਅਸੀਂ ਸੱਜੇ ਵਾਲਾ ਲੈ ਲਿਆ। ਪੱਤਰ ਪੁੱਤਰ ਬਹੁਤ ਪਏ ਆ ਤੇ ਵੈਸੇ ਸਾਰੇ ਕੋਈ ਸੈਲਫੀ ਲੈ ਰਿਹਾ ਵਿੱਚ, ਕੋਈ ਆਪਣਾ ਉਹਨੂੰ ਦੇਖ ਰਿਹਾ, ਨੇਚਰ ਦੀ ਕੁਦਰਤ ਨੂੰ, ਜਿਹੜੀ ਕੁਦਰਤ ਹੈਗੀ ਆ ਜਿਹੜੀ ਉਹਨੂੰ ਬੜਾ ਇੰਜੋਏ ਕਰ ਰਿਹਾ। ਬਾਕੀ ਥੋੜ੍ਹਾ ਸੇਫ ਵੀ ਰਹਿਣਾ ਹੈਗਾ ਇੱਥੇ ਕਿਉਂਕਿ ਪਾਣੀ ਦਾ ਪਤਾ ਨਾ ਕੁਦਰਤ ਚੱਲ ਕੋਈ ਵੱਧ ਘੱਟ ਵੀ ਆ ਜੀ। ਇੱਥੇ ਆਪਣਾ ਰੋਟੀ ਪਾਣੀ ਖਾਣ ਨੂੰ, ਬ੍ਰੇਕਫਾਸਟ ਕਰਨ ਨੂੰ, ਲੰਚ ਕਰਨ ਨੂੰ ਵੀ ਜਗ੍ਹਾ ਬਣੀਆਂ ਹੋਈਆਂ, ਜੇ ਕੋਈ ਠੀਕ ਹੈ ਜੀ। ਆ ਗਿਆ ਜੀ, ਆ ਗਿਆ ਅਸੀਂ ਆ ਗਿਆ, ਅਸੀਂ ਮਾੜੇ ਖਾਣ ਲੱਗੇ ਸੀ ਆਹ ਕੀ ਆ ਛੋਲੇ। ਵਾਹ, ਬਣਾ ਲਓ ਬਣਾ ਲਓ, ਕਿੰਨੇ ਦਾ ਪੁੱਛਿਓ? ਹੈਂ, ਆ ਲਓ ਜੀ, ਆਹ 40 ਰੁਪਏ ਦਾ ਹੈਗਾ ਜੀ ਆਹ, ਇਹ ਛੋਲਿਆਂ ਦਾ ਇਹ ਬਣਾ ਕੇ ਦਿੰਦੇ ਆਪਾਂ, 2 ਬਹੁਤ ਹੋਣਗੇ, ਇਹ ਐਨਰਜੀ ਬਹੁਤ ਦੇਣੀ ਇਹਨੇ, ਬਹੁਤ ਵਧੀਆ। ਲਓ ਜੀ, ਨਹੀਂ ਨਹੀਂ ਕੋਈ ਨਾ, ਆਪਾਂ ਪਹਿਲਾਂ 2 ਦੇਖਦੇ ਕਿਹੋ ਜਿਹਾ ਟੇਸਟ ਆਉਂਦਾ ਜਦ ਤੱਕ ਆਪਣੇ ਬੰਦੇ ਪਹੁੰਚਣਗੇ। ਲਓ ਜੀ, ਕਿਵੇਂ ਲੱਗ ਰਿਹਾ ਜੋਬਨ? ਬਹੁਤ ਵਧੀਆ ਸਰ, ਬਹੁਤ ਆਨੰਦ ਆ ਰਿਹਾ। ਮਨ ਇੱਥੇ ਆ ਕੇ ਜ਼ੀਰੋ ਥਕਾਵਟ ਹੋ ਗਈ ਨਾ? ਸਭ ਤੋਂ ਵੱਡੀ ਗੱਲ ਇਹ ਹੈ ਕਿ ਸਰ ਇੱਥੇ ਨੈਟਵਰਕ ਨਹੀਂ ਹੈਗਾ, ਅਤੇ ਜਿੰਨੀ ਵੀ ਸੰਗਤ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਉਹ ਕਹਿੰਦੇ ਵੀ ਸਭ ਤੋਂ ਵੱਡੀ ਗੱਲ ਇੱਥੇ ਨੈਟਵਰਕ ਨਹੀਂ ਹੈਗਾ, ਮੋਬਾਈਲ 'ਤੇ ਜਮ੍ਹਾਂ ਹੀ ਅਸੀਂ ਮਤਲਬ ਦੂਰ ਹੋ ਗਏ ਹਾਂ ਜੀ ਮੋਬਾਈਲ ਤੋਂ। ਉਹ ਕਹਿੰਦੇ ਵੀ ਆਮ ਜ਼ਿੰਦਗੀ 'ਚ ਵੀ ਜੇ ਮੋਬਾਈਲ ਇੰਨੀ ਦੂਰ ਹੋ ਜਾਏ ਨਾ ਤਾਂ ਭਾਈਚਾਰਾ ਅਤੇ ਪਿਆਰ ਵੱਧ ਜੇ ਲੋਕਾਂ ਦਾ। ਵੈਰੀ ਗੁੱਡ, ਖਾ ਕੇ ਦੱਸੋ ਜੀ ਕਿੱਦਾਂ। ਹੋ ਜੀ, ਖਾ ਕੇ ਦੱਸਦੇ ਆਪਾਂ, ਨਹੀਂ ਤਾਂ ਹੁਣੇ ਔਡਰ ਕਰ ਦਿੰਦੇ ਹਾਂ। ਕਿਵੇਂ ਹੋ? ਲਓ ਜੀ, 2 ਘੰਟੇ ਤਾਂ ਆਪਾਂ ਬਿਲਕੁਲ ਨਹੀਂ ਰੁਕੇ। ਹੁਣ 2 ਘੰਟੇ ਤੋਂ ਬਾਅਦ ਥੋੜ੍ਹੇ ਥੋੜ੍ਹੇ ਚਿਰ ਬਾਅਦ ਜਾਣ ਕੇ ਕੋਈ ਦੁਕਾਨ ਵੀ ਮਿਸ ਨਹੀਂ ਕਰ ਰਿਹਾ। ਸਾਨੂੰ ਹੁਣ ਪਤਾ ਲੱਗ ਗਿਆ ਵੀ ਅਸੀਂ ਆਲਮੋਸਟ ਪਹੁੰਚ ਗਏ ਹਾਂ, ਕੋਈ ਇਸ਼ੂ ਨਹੀਂ ਗਾ, ਅਸੀਂ ਹੁਣ ਪੂਰਾ ਇੰਜੋਏ ਕਰਨ ਲੱਗ ਪਏ। ਤੁਸੀਂ ਇਹ ਦੇਖ ਲਓ ਵੀ ਇੱਥੇ ਹੁਣ ਇਸ ਵੇਲੇ ਤੁਰਿਆ ਨੂੰ ਸਾਨੂੰ 2 ਘੰਟੇ ਹੋਏ ਆ, ਵੀ 1/2 ਘੰਟੇ ਦੀ ਅਸੀਂ ਇੱਥੇ ਪਹਿਲਾਂ ਉਹ ਛੋਲੇ ਜਿਹੇ ਖਾਣ ਲੱਗ ਪਏ ਤਾਂ ਹੁਣ ਇੱਥੇ ਛੱਲੀ ਖਾਣ ਲੱਗ ਪਏ। ਛੱਲੀ 60 ਰੁਪਏ ਦੀ ਛੱਲੀ ਆ। ਆਹ ਲਓ ਜੀ, ਟੀਮ ਲੱਗੀ ਹੋ ਰਿਕਾਰਡਿੰਗ ਕਰਨ। ਅਨਮੋਲ ਭਾਅ ਜੀ ਕਿੱਥੇ ਹੋ?
ਇੱਧਰ? ਉਹ ਅਸੀਂ ਜ਼ਿਆਦਾ ਸਾਡੇ ਪੜਾਅ ਜ਼ਿਆਦਾ ਲੱਗਣ ਲੱਗ ਪਏ ਆ, ਰੁਕਣ ਲੱਗ ਪਏ ਆ। ਸੋਟੀਆਂ ਰੱਖਿਓ ਆਪਣੀਆਂ, ਪੜਾਅ ਜ਼ਿਆਦਾ ਰੁਕਣ ਲੱਗ ਪਿਆ ਸਾਨੂੰ। ਹੁਣ ਪਹਿਲਾਂ ਅਸੀਂ ਛੋਲੇ ਜਿਹੇ ਖਾਣ ਲੱਗ ਪਏ, ਹੁਣ ਛੱਲੀਆਂ ਖਾਣ ਲੱਗ ਪਏ ਹਾਂ। ਤੁਸੀਂ ਮੇਰੇ ਖਿਆਲ ਲੇਟ ਨਾ ਹੋਇਓ, ਜੇ ਤੁਸੀਂ ਆ ਤਾਂ ਤੁਸੀਂ ਤੁਰੇ ਜਾਇਓ। ਫਿਰ ਵੇਟ ਕਰਾਂ ਤੁਹਾਡੀ ਕਿ ਚੱਲ ਜਾਣਾ? ਚੱਲ ਜਾ, ਚੱਲ ਜਾ ਭਾਅ ਜੀ, ਲੇਟ ਹੋ ਜਾਣਾ ਅਸੀਂ, ਮੈਨੂੰ ਲੱਗਦਾ ਤੁਸੀਂ। ਅਸੀਂ ਤਾਂ ਬੜੇ ਨਾ ਇੰਜੋਏ ਕਰ ਰਹੇ ਹਾਂ, ਕਿਉਂਕਿ ਨੀਲਮ ਹੁਣੀ ਵੀ ਖਰੇ ਘੋੜਿਆਂ 'ਤੇ ਆ ਗਈਆਂ। ਅਸੀਂ ਜਿੱਥੇ ਦੋ ਰਾਹ ਹੁੰਦੇ ਸੀਗੇ, ਦੋ ਰਾਹ ਬਣਦੇ ਸੀਗੇ, ਜਿੱਥੋਂ ਸੱਜੇ ਪਾਸੇ ਨੂੰ ਹੋ ਗਏ ਸੀ, ਅਸੀਂ ਉੱਥੇ ਛੱਲੀਆਂ ਭੁੰਨ ਰਹੇ ਹਾਂ ਤਾਂ ਲੋਕਾਂ ਨਾਲ ਇੰਟਰਵਿਊਆਂ ਕਰ ਰਹੇ ਹਾਂ। ਤੁਸੀਂ ਚਲੋ, ਤੁਸੀਂ ਚਲੋ, ਰੇਡੀਓ ਚੱਲੀ ਜਾਣਾ ਆਪਣਾ। ਲਓ ਜੀ, ਆ ਗਏ ਸਾਰੀ ਟੀਮ ਮੈਂਬਰਸ। ਕਿੱਦਾਂ ਭਾਅ ਜੀ? ਆ ਜਾਓ ਆ ਜਾਓ ਆ ਜਾਓ, ਦੇਖਿਓ ਜੀ ਕਿਵੇਂ ਭਾਅ ਜੀ, ਠੀਕ ਹੋ? ਸੈੱਟ ਆ ਕੰਮ? ਬਿਲਕੁਲ ਬਿਲਕੁਲ। ਕਿੱਦਾਂ ਭਾਅ ਜੀ? ਠੀਕ ਸਰ, ਠੀਕ ਹੈ ਜੀ। ਆਓ ਜੀ, ਲਈਏ ਬ੍ਰੇਕ। ਲੈ ਲਿਆ ਜੀ, ਸਫ਼ਰ ਤਾਂ ਲੈ ਲਿਆ। ਆਹ ਲਓ ਜੀ, ਅੱਧ ਆ ਗਏ ਹਾਂ ਆਲਮੋਸਟ। ਆਹ ਦੇਖੋ ਜੀ, ਆਹ ਬ੍ਰਿਜ ਆ ਗਿਆ। ਜੇ ਤੁਸੀਂ ਉਹ ਦੇਖਦੇ ਹਾਂ, ਉਹ ਜਿਹੜਾ ਬ੍ਰਿਜ ਆ, ਉਹ ਬ੍ਰਿਜ ਜਿਹੜਾ ਉੱਪਰ ਨੂੰ ਰਸਤਾ ਜਾਂਦਾ ਸੀ, ਉਹ ਉੱਪਰਲਾ ਬ੍ਰਿਜ ਆ। ਆਹ ਜਿਹੜਾ ਹੈਗਾ ਹੇਠਲਾ ਬ੍ਰਿਜ ਆ, ਨੇੜੇ ਆ ਕੇ ਹੋਰ ਦਿਖਾਉਂਦੇ ਹਾਂ। ਜੇ ਤੁਸੀਂ ਉਹ ਦੇਖੋਗੇ, ਉਹ ਹੁਣ ਕਾਫੀ ਆਪਣੇ ਬੱਚੇ ਜਿਹੜੇ ਇਸ਼ਨਾਨ ਕਰਨ ਲੱਗ ਪਏ ਇੱਥੇ, ਇਹ ਕਿਉਂਕਿ ਪਾਣੀ ਬਹੁਤ ਤੇਜ਼ ਆ ਅਤੇ ਬਹੁਤ ਜ਼ਿਆਦਾ ਰਿਸਕੀ ਆ। ਸੋ ਇਹ ਵੈਸੇ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ, ਅਤੇ ਕਿਉਂਕਿ ਆਪਾਂ ਨੂੰ ਪਤਾ ਨਹੀਂ ਹੁੰਦਾ, ਪਾਣੀ ਬਹੁਤ ਜ਼ਿਆਦਾ ਤੇਜ਼ ਆ, ਠੰਡਾ ਬਹੁਤ ਜ਼ਿਆਦਾ ਆ, ਤਾਂ ਇੱਥੇ ਪੈਰ ਸਲਿੱਪ ਬਹੁਤ ਹੁੰਦੇ, ਤਾਂ ਫਿਰ ਮਿਸਹੈਪਨ ਬਹੁਤ ਹੁੰਦੇ ਆ। ਇਹਨਾਂ ਚੀਜ਼ਾਂ ਤੋਂ ਅਵੋਇਡ ਕਰਨਾ ਚਾਹੀਦਾ। ਆਹ ਦੇਖੋ ਜੀ, ਦੁਕਾਨਾਂ ਬਹੁਤ ਹੀ ਜ਼ਿਆਦਾ ਵਧੀਆ ਆ। ਇੱਕ ਚੀਜ਼ ਹੋਰ ਵੀ ਆ ਇੱਥੇ, ਜਿਸ ਵੇਲੇ ਆਪਾਂ ਦੇਖਦੇ ਹਾਂ ਮੋਸਟਲੀ ਬਹੁਤ ਬੰਦੇ ਇੱਥੇ ਆ ਕੇ ਨਾ, ਮੈਂ ਦੇਖਿਆ ਆਰਗੂ ਕਰਦੇ ਆ ਜੀ, ਥੱਲੇ ਪਾਣੀ ਦੀ ਬੋਤਲ 20 ਰੁਪਏ ਦੀ ਆ, ਤੁਸੀਂ 40 ਦੀ ਕਿਉਂ ਦਿੰਦੇ ਆ? ਕਿਉਂਕਿ ਉਹਨਾਂ ਦੀ ਮਜਬੂਰੀ ਆ ਜੀ, ਇਸ ਚੀਜ਼ ਦਾ ਖਿਆਲ ਰੱਖਿਓ, ਉਹਨਾਂ ਦੀ ਬਿਲਕੁਲ ਮਜਬੂਰੀ ਆ ਕਿ ਆਪਾਂ ਨੂੰ ਬਿਲਕੁਲ, ਕਿਉਂਕਿ ਇੱਥੇ ਤੱਕ ਸਮਾਨ ਪਹੁੰਚਾਉਣਾ ਉਹਦੀ ਕੋਸਟ ਬਹੁਤ ਜ਼ਿਆਦਾ ਆ ਜਾਂਦੀ ਆ। ਸੋ ਹੁਣ ਛੱਲੀ ਸੀਗੀ, ਛੱਲੀ ਥੱਲੇ ਸ਼ਾਇਦ 20 ਰੁਪਏ ਦੀ ਹੋਵੇ, ਇੱਥੇ 60 ਰੁਪਏ ਦੀ ਸੀ। ਇੱਕ ਦੋ ਪਾਰਟੀਆਂ ਕਾਫੀ ਆਰਗੂ ਕਰਦੀਆਂ ਸੀ ਉਸ ਬੰਦੇ ਦੇ ਨਾਲ, ਉਹ ਬਿਲਕੁਲ ਨਾ ਆਪਾਂ ਕਰੀਏ, ਕਿਉਂਕਿ ਇੱਥੇ ਤੱਕ ਪਹੁੰਚਣਾ ਹੀ ਬਹੁਤ ਮੁਸ਼ਕਿਲ ਆ। ਸੋ ਉਹਨਾਂ ਦੀ ਕੋਸਟ ਇਸ ਕਰਕੇ ਵੱਧ ਹੁੰਦੀ ਆ, ਔਰ ਪਲੱਸ ਉਹਨਾਂ ਦੇ ਵੀ ਇਹੀ ਸੀਜ਼ਨ ਆ ਜਿਹੜਾ 2-4 ਮਹੀਨੇ ਦਾ, ਜਿਹੜਾ ਫਿਰ ਸਾਰਾ ਸਾਲ ਤਾਂ ਨਹੀਂ, ਮੇਰੇ ਖਿਆਲ ਘਰਾਂ 'ਚ ਕਹਿੰਦੇ ਬੈਠ ਕੇ ਹੀ ਖਾਂਦੇ ਆ, ਪਰ ਇਹ ਵਧੀਆ, ਇਟਸ ਅਮੇਜ਼ਿੰਗ ਸੋ ਫਾਰ। ਜਿਹੜੀ ਵਿੱਚ ਜਾਏ, ਪਹਿਲੇ 45 ਮਿੰਟ ਟਫ ਸੀਗੇ, ਫਿਰ ਦੂਸਰੇ 45 ਕੁ ਠੀਕ ਸੀਗੇ, ਫਿਰ ਥੋੜ੍ਹੇ ਜਿਹੇ 15-20 ਮਿੰਟ ਕਾਫੀ ਟਫ ਸੀਗੇ, ਸਿੱਧੀ ਚੜ੍ਹਾਈ ਸੀ, ਪਰ ਹੁਣ ਤਾਂ ਬਿਲਕੁਲ ਸਹੀ ਆ। ਆਹ ਲਓ ਜੀ, ਹੁਣ ਆ ਰਾਹ ਉਹ ਆ ਜਿਹੜੇ ਰਾਹ ਸੱਜੇ ਪਾਸੇ, ਇੱਕ ਖੱਬੇ ਪਾਸੇ ਨਹੀਂ ਜਾਂਦਾ, ਇੱਕ ਸੱਜੇ ਪਾਸੇ ਵਾਲੇ ਰਾਹ 'ਤੇ ਆਹ ਦੁਕਾਨ ਆਉਂਦੀ ਆ ਜੀ, ਆਹ ਦੇਖ ਲਓ। ਬਹੁਤ ਬਿਊਟੀਫੁਲ, ਬਹੁਤ ਜ਼ਿਆਦਾ ਬਿਊਟੀਫੁਲ। ਇਹ ਆ ਜੀ ਜਿਹੜੇ ਬੱਚੇ ਨਹਾਉਂਦੇ ਨੇ, ਬਟ ਬਹੁਤ ਜ਼ਿਆਦਾ ਖਤਰਨਾਕ ਹੈ ਜੀ, ਬਿਲਕੁਲ ਬਿਲਕੁਲ ਨਹੀਂ ਕਰਨਾ ਚਾਹੀਦਾ, ਬਿਲਕੁਲ ਵੀ ਨਹੀਂ ਕਰਨਾ ਚਾਹੀਦਾ, ਪਾਣੀ ਇੰਨਾ ਖਤਰਨਾਕ ਆ। ਓਕੇ,
ਫੋਟੋ ਸੈਸ਼ਨ ਹੋ ਰਿਹਾ ਸਾਰਿਆਂ ਦਾ। ਆ ਜਾਓ ਜੀ, ਇਹ ਆ ਜੀ ਬ੍ਰਿਜ, ਉੱਧਰੋਂ ਆਏ ਹਾਂ। ਆ ਦੇਖੋ ਪਾਣੀ, ਵਾਹ। ਉਹ ਜਿਹੜਾ ਦੂਜਾ ਨਵਾਂ ਬਣਿਆ ਰਸਤਾ ਲੈਫਟ ਸਾਈਡ 'ਤੇ ਸੀ, ਉਹ ਉਹ ਆ ਜੀ, ਜੇ ਤੁਸੀਂ ਉੱਧਰੋਂ ਜਾਂਦੇ ਉਹ ਪੁਰਾਣਾ ਰਾਹ। ਹੁਣ ਐਸੇ ਪਾਣੀ ਦੇ ਵਿੱਚ ਉੱਧਰ ਨਹਾ ਰਹੇ ਸੀਗੇ, ਜਿਹੜਾ ਕਿ ਗਲਤ ਆ, ਸੇਫ ਨਹੀਂ ਹੈਗਾ ਇਹ ਨਵਾਂ ਦੇ। ਆ ਲਓ ਜੀ, ਵਾਓ, ਵਾਟ ਅ ਬਿਊਟੀ।